ਫਾਜ਼ਿਲਕਾ ਦੇ ਪਿੰਡ ਮੰਮੂ ਖੇੜਾ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਇੰਨਾ ਖੌਫ ਪੈਦਾ ਹੋ ਗਿਆ ਹੈ ਕਿ ਪਿੰਡ ਦੇ ਲੋਕਾਂ ਨੇ ਹੁਣ ਰਾਤ ਨੂੰ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਪਿੰਡ ਦੇ ਡਾਕਟਰ ਵੀ ਹੁਣ ਆਪਣਾ ਮੋਬਾਈਲ ਬੰਦ ਕਰਕੇ ਸੌਂਦੇ ਹੈ ਤਾਂ ਕਿ ਰਾਤ ਦੇ ਸਮੇਂ ਕਿਸੇ ਨੂੰ ਦਵਾਈ ਦੇਣ ਨਾ ਜਾਣਾ ਪਵੇ। ਲੁਟੇਰਿਆਂ ਨੇ ਫਰਮਾਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਵਿਅਕਤੀ ਦੀ ਜੇਬ ਚੋਂ ਜੇਕਰ 1,000 ਤੋਂ ਘੱਟ ਰੁਪਏ ਨਿਕਲਣਗੇ ਤਾਂ ਲੁੱਟ ਕਰਨ ਵਾਲੇ ਦੇ ਨਾਲ ਕੁੱਟਮਾਰ ਕੀਤੀ ਜਾਏਗੀ। ਨਹੀਂ, ਐਸੀ ਕੋਈ ਗੱਲ ਨਹੀਂ, ਸਾਡੇ ਕੋਲ ਹੁਣ ਵੀ ਪ੍ਰੈਸ ਦੇ ਜ਼ਰੀਏ ਇਨਫੋਰਮੇਸ਼ਨ ਸਾਡੇ ਨੋਟਿਸ ਆਈ ਹੈ। ਸਾਡੇ ਕੋਲ ਨਾ ਹੀ ਕੋਈ ਸਾਡੇ ਕੋਈ ਥਾਣੇ ਰਿਟਰਨ ਕੰਪਲੇਂਟ ਕੀਤੀ, ਨਾ ਕਿਸੇ ਨੇ ਫੋਨ 'ਤੇ ਕੋਈ ਇਤਲਾਹ ਦਿੱਤੀ ਹੈਗੀ ਹੈ ਕਿ ਉੱਥੇ ਕੋਈ ਚੋਰੀ ਹੋਈ ਜਾਂ ਕੋਈ ਖੋਹ ਦੀ ਵਾਰਦਾਤ ਹੋ ਗਈ। ਬਾਕੀ ਇਸ ਸਾਨੂੰ ਪ੍ਰੈਸ ਦੇ ਜ਼ਰੀਏ ਸਾਨੂੰ ਇਤਲਾਹ ਮਿਲੀ ਹੈ, ਇਸ ਸੰਬੰਧੀ ਸਮੇਂ ਐਸ ਐਚ ਓ ਨੂੰ ਮੌਕੇ 'ਤੇ ਭੇਜਿਆ, ਐਸ ਐਚ ਓ ਕੇ ਵੈਰੀਫਾਈ ਕਰਕੇ ਜੋ ਵੀ ਪੜਤਾਲ ਕਰਕੇ ਬਣਦੀ ਉਹ 'ਤੇ ਕਾਰਵਾਈ ਕੀਤੀ ਜਾਏਗੀ। ਸਰ, ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਲੁਟੇਰੇ ਨੇ ਉਹਨਾਂ ਨੇ ਆਪਦਾ ਫਰਮਾਨ ਜਾਰੀ ਕੀਤਾ ਵੀ ਜਿਹਦੇ ਜੇਬ 'ਚ 1,000 ਰੁਪਏ ਤੋਂ ਘੱਟ ਹੋਏ ਪੈਸੇ ਉਹਨੂੰ ਅਸੀਂ ਕੁੱਟਾਂਗੇ, ਲੁੱਟਣਾ ਤਾਂ ਹੈਗਾ ਹੀ। ਬਿਲਕੁਲ ਨਹੀਂ, ਕਿਸੇ ਬੰਦੇ ਨੇ ਸਾਡੇ ਕੋਲ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ, ਕਿਸੇ ਬੰਦੇ ਨੇ ਸਾਡੇ ਕੋਲ ਰਿਟਰਨ ਥਾਣੇ ਕੋਈ ਕੰਪਲੇਂਟ ਨਹੀਂ ਕੀਤੀ, ਨਾ ਸਾਡੇ ਕੋਲ ਕੀਤੀ, ਨਾ ਥਾਣੇ ਰਿਟਰਨ ਕਿਸੇ ਬੰਦੇ ਨੇ ਕੰਪਲੇਂਟ ਕੀਤੀ। ਫਿਰ ਵੀ ਜੋ ਮਤਲਬ ਵੀ ਪ੍ਰੈਸ ਦੇ ਜ਼ਰੀਏ ਸਾਡੇ ਕੋਲ ਇਤਲਾਹ ਮਸੂਲ ਹੋਈ ਹੈ, ਇਸ ਵਿੱਚ ਅਸੀਂ ਜੋ ਖੁਦ ਮੌਕੇ 'ਤੇ ਭੇਜਿਆ, ਮੌਕੇ 'ਤੇ ਵੈਰੀਫਾਈ ਕਰਕੇ ਜੋ ਵੀ ਸਾਡੇ ਕੋਲ ਪੜਤਾਲ ਦੇ ਯੋਗ ਬਣਦੀ ਕਾਰਵਾਈ ਕੀਤੀ ਜਾਵੇ। ਇੱਕ ਪੁਰਾਣੇ ਇਲਜ਼ਾਮ ਵੀ ਲਾਉਂਦੇ, ਕਹਿੰਦੇ ਪਹਿਲਾਂ ਵੀ ਬੜੀਆਂ ਵਾਰਦਾਤਾਂ ਹੋਈਆਂ, ਸੁਣਾਈ ਨਹੀਂ ਹੋਈ। ਬਿਲਕੁਲ, ਸਾਡੇ ਕੋਲ ਕੋਈ ਵੀ ਕੰਪਲੇਂਟ ਜਾਂ ਚੋਰੀ ਨਹੀਂ ਹੋਈ, ਕੋਈ ਕੰਪਲੇਂਟ ਪੈਂਡਿੰਗ ਨਹੀਂ, ਜਾਂ ਚੋਰੀ ਦੇ ਕਿਸੇ ਨੇ ਕੋਈ ਮੁਕਦਮਾ ਦਰਜ ਕਰਾਇਆ। ਮੈਂ ਸਾਬਕਾ ਫੌਜੀ ਕੁਲਦੀਪ ਕੁਮਾਰ, ਮੈਂ 18 ਸਾਲ ਫੌਜ ਕਰਕੇ ਤੇ ਮੈਂ ਆਪਣਾ ਪੋਲਟਰੀ ਫਾਰਮ ਖੋਲਿਆ ਸੀ ਜੀ। 2023 ਚ ਮੇਰਾ ਇਨਵਰਟਰ ਚੋਰੀ ਹੋ ਗਿਆ ਤੇ ਮੈਂ ਪੁਲਿਸ ਕੋਲ ਗਿਆ, ਉਹ ਮੈਨੂੰ ਕਹਿੰਦੇ ਫੌਜੀ ਤੂੰ ਹੀ ਨਹੀਂ ਆਪਦੀ ਰਾਖੀ ਕਰ ਸਕਦਾ, ਦੂਜਿਆਂ ਦੀ ਕਿਵੇਂ ਕਰੇਗਾ। ਇਹ ਪੁਲਿਸ ਦਾ ਜਵਾਬ ਸੀ ਮੈਨੂੰ, ਤੇ ਉਸ ਤੋਂ ਬਾਅਦ ਮੈਨੂੰ ਪੋਲਟਰੀ ਫਾਰਮ ਬੰਦ ਕਰਨਾ ਪਿਆ। ਇਹ ਸਾਡੀਆਂ ਦਿੱਤੀਆਂ ਟੈਕਸਾਂ ਤੇ ਤਨਖਾਹਾਂ ਲੈਂਦੇ ਆ, ਇਹੋ ਜਿਹੀ ਪੁਲਿਸ ਦੀ ਸਾਨੂੰ ਕੀ ਲੋੜ ਹੈ ਦੱਸੋ? ਵੀ ਜਿਹੜੇ ਸਾਡੀਆਂ ਦਿੱਤੇ ਟੈਕਸਾਂ ਤੇ ਇਹ ਤਨਖਾਹਾਂ ਲੈਂਦੇ ਆ, ਫਿਰ ਇਹ ਸਾਡੀ ਰਾਖੀ ਨਹੀਂ ਕਰ ਸਕਦੇ? ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਆ ਜਾਂ ਅਸੀਂ ਇੱਥੇ ਹੁਣ ਚੋਰਾਂ ਦੀ ਰਾਖੀ ਕਰੀਏ? ਦੱਸੋ ਜੀ, ਇਹ ਸਾਡੇ ਪਿੰਡ ਨੂੰ 5 ਰਸਤੇ ਲੱਗਦੇ ਜੀ, 5 ਲਿੰਕ ਰੋਡਾਂ, ਇਹੋ ਜਿਹੀ ਕੋਈ ਦਿਨ ਨਹੀਂ ਜਿਸ ਦਿਨ ਕਿਸੇ ਰੋਡ ਤੇ ਵਾਰਦਾਤ ਨਾ ਹੀ ਹੋਏ। ਇਹਨਾਂ ਕੋਲ ਜਾਂਦੇ, ਇਹ ਕਹਿੰਦੇ ਆਪਦਾ ਖਿਆਲ ਆਪ ਰੱਖੋ। ਦੱਸੋ ਜੀ, ਇੱਥੇ ਹੁਣ ਆਮ ਜਨਤਾ ਆਪਦਾ ਖਿਆਲ ਰੱਖੇਗੀ ਇਹ ਆਪਦੇ ਰੋਜੀ ਰੋਟੀ ਕਮਾਏਗੀ? ਹਾਂਜੀ, ਮੈਂ ਡਾਕਟਰ ਓਮ ਪ੍ਰਕਾਸ਼, RMP ਪ੍ਰੈਕਟਿਸ ਕਰਦਾ ਮੰਮੂ ਖੇੜੇ ਦੇ ਵਿੱਚ। ਅੱਜ ਮੈਨੂੰ ਘੱਟ ਤੋਂ ਘੱਟ 28 ਸਾਲ ਹੋ ਗਏ ਜੀ ਕੰਮ ਕਰਦਿਆਂ। ਸਾਥੀਓ, ਮੈਂ ਇਹੀ ਚਾਹੁੰਦਾ ਵੀ ਪਿੰਡ ਦੇ ਵਿੱਚ ਇੱਕ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਜੀ, ਕਿਉਂ ਜਿਹੜੇ ਹੈਗੇ ਆ ਨਸ਼ੇ ਦੇ ਆਦੀ ਬਹੁਤ ਹੋ ਗਏ ਆ ਮੁੰਡੇ, ਤੇ ਪਿੰਡ ਦੇ ਵਿੱਚੋਂ ਹੀ ਨਸ਼ਾ ਵਿਕ ਰਿਹਾ। ਮੈਂ ਨਸ਼ੇ ਦੇ ਖਿਲਾਫ ਹੈਗਾ, ਮੈਂ ਅਰਨੀਅਲ ਬਲਾਕ ਦਾ ਸਕੱਤਰ ਵੀ ਹੈਗਾ ਸਾਥੀਓ, ਤੇ ਮੈਂ ਇਹੀ ਕਹਿਣਾ ਚਾਹੁੰਦਾ ਪਿੰਡ ਦੇ ਨਾਲ ਸਾਥ ਦੇਣ ਨੂੰ ਤਿਆਰ ਆ, ਜਦੋਂ ਕਹਿਣਗੇ ਜਿੱਥੇ ਜਾਣਾ ਆਪਾਂ ਤਿਆਰ ਹੈ ਕੇ ਦੇਣ। ਤੁਸੀਂ RMP ਡਾਕਟਰ ਹੋ, ਰਾਤ ਨੂੰ ਜਿਹੜੇ ਹੈ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਦਵਾਈਆਂ ਦੇਣ ਵੀ ਜਾਂਦੇ ਹੋ? ਹਾਂਜੀ ਹਾਂਜੀ। ਕਦੇ ਕੋਈ ਵਾਰਦਾਤ? ਵਾਰਦਾਤ ਤਾਂ ਨਹੀਂ ਹੋਈ ਸਰ, ਪਰ ਡਰ ਲੱਗਦਾ ਹੈਗਾ ਜੀ, 1-2 ਵਾਰੀ ਵੈਸੇ ਪਿੱਛਾ ਹੋਇਆ ਪਰ ਮੈਂ ਭੱਜ ਆਇਆ ਜੀ, ਕਿਉਂ ਡਰ ਲੱਗਦਾ ਸਾਥੀਓ। ਰਾਤ ਨੂੰ ਵੀ ਜੇ ਮੈਂ ਨਿਕਲਦਾ ਹੈਗਾ ਤੇ ਰਾਤ ਨੂੰ ਵੀ ਡਰ ਲੱਗਦਾ, ਇਸੇ ਕਰਕੇ ਮੈਂ ਤਾਂ ਆਪਦਾ ਫੋਨ ਬੰਦ ਕਰਕੇ ਕਿਹਾ ਹੋਇਆ ਪਿੰਡ ਵਾਲੇ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਸਾਨੂੰ ਰਾਤ ਨੂੰ ਆਓ, ਨਾਲ ਲੈ ਕੇ ਜਾਓ ਤੇ ਛੱਡ ਕੇ ਜਾਓ, ਕਿਉਂਕਿ ਪਤਾ ਕਿਹੜੇ ਟਾਈਮ ਉਹਨਾਂ ਨੇ ਵਾਰਦਾਤ ਕਰ ਦੇਣੀ ਹੈ। ਕੁਲਵੀਰ ਸਿੰਘ ਪਿੰਡ ਮੰਮੂ ਖੇੜਾ ਜੀ। ਸਰ ਜੀ, ਪਤਾ ਕੀ ਹੈ, ਪਹਿਲਾਂ ਸਕੂਲ 'ਚ ਚੋਰੀ ਹੋਈ ਹੈ, ਸਕੂਲ ਜਦੋਂ ਚੋਰੀ ਹੋਈ ਹੈ ਜੀ, ਉਹ ਵੀ ਅਸੀਂ ਦੱਸਿਆ ਵਿਖਾਇਆ, ਮਾਸਟਰਾਂ ਨੇ ਸਾਰਾ ਵਿਖਾਇਆ ਪੁਲਿਸ ਨੂੰ, ਪੁਲਿਸ ਸਾਡੇ ਨਾਲ ਗਈ ਉੱਥੇ, ਸਾਰਾ ਕੁਝ ਚੈੱਕ ਕਰਕੇ ਆਈ, ਕੋਈ ਆਸਰਾ ਨਹੀਂ ਕੀਤਾ ਉਹਨਾਂ, ਬਿਲਕੁਲ ਪੁਲਿਸ ਨੇ ਕੁਛ ਨਹੀਂ ਕੀਤਾ ਜੀ। ਬਾਅਦ 'ਚ ਫਿਰ ਚੋਰੀ ਹੋਈ ਮੰਦਿਰ ਦੇ ਵਿੱਚ, ਮੰਦਿਰ ਚੋਰੀ ਭਾਂਡੇ ਲੈ ਗਏ ਜੀ, ਸਿਵੇਂ ਸਾਰੇ ਤੋੜ ਕੇ ਲੈ ਗਏ ਜੀ, ਸਾਰੇ ਕੁਛ ਨਹੀਂ ਛੱਡਿਆ ਜੀ। ਬਾਕੀ ਇੰਜਣਾਂ ਬਾਰੇ ਵੀ ਅਸੀਂ ਜਾਣਦੇ ਰਹੇ ਹਾਂ ਜੀ, ਧੱਕੇ ਨਾਲ ਅਸੀਂ ਆਪ ਇੰਜਣ ਮੁੜਾ ਕੇ ਲਿਆਏ ਹਾਂ ਜੀ, ਆਹ ਸਾਰੇ ਬੰਦੇ ਖੜੇ ਆ ਜੀ, 1 ਇੰਜਣ ਲਿਆਏ ਮੋੜ ਕੇ ਜੀ, ਪੁਲਿਸ ਨੇ ਕੋਈ ਆਸਰਾ ਨਹੀਂ ਕੀਤਾ, ਕੋਈ ਨਹੀਂ ਜੀ। ਤੇ ਪਿੰਡ ਵਾਸੀਆਂ ਦੇ ਵੱਲੋਂ ਕਦੇ ਪੁਲਿਸ ਨੂੰ ਮਿਲੇ ਨਹੀਂ? ਬੜੀ ਵਾਰਾਂ ਮਿਲੇ ਆ ਜੀ, ਬਹੁਤ ਵਾਰਾਂ। ਸੀਏ ਸਟਾਲ 'ਚ ਗਏ ਅਸੀਂ 10 ਬੰਦੇ ਜੀ, ਉੱਥੇ ਤੌਰ ਨਾ ਬੈਠੇ ਚਿੱਟੇ ਸੂਟ ਪਾ ਕੇ ਚੋਰ ਜੀ। ਕੀ ਕਹਿਣਾ ਚਾਹੁੰਦੇ ਹੋ, ਇਹ ਚੋਰ ਨੇ ਕੌਣ ਨੇ, ਕਦੇ ਕੋਈ ਪਤਾ ਲੱਗਿਆ? ਪਤਾ ਲੱਗਦਾ ਚੋਰ ਹੀ ਆ ਜੀ,
ਹੋਰ ਕਿਹੜਾ ਕੀ ਕਹੀਏ ਜੀ? ਨਸ਼ਾ ਬਹੁਤ ਜ਼ਿਆਦਾ ਨਸ਼ਾ ਜੀ, ਸਾਡੇ ਬੱਚੇ ਡਰਦੇ ਰਾਤ ਨੂੰ ਬਾਹਰ ਨਹੀਂ ਨਿਕਲਦੇ, ਇੰਨਾ ਨਸ਼ਾ ਪਿੰਡ ਦੇ ਵਿੱਚ ਵਿਕਦਾ ਤੇ ਨਿੱਕੇ ਨਿੱਕੇ ਜਵਾਕ ਲਈ ਫਿਰਦੇ ਆ ਜੀ। ਪਤਾ ਹਰ ਇੱਕ ਨੂੰ, ਪੁਲਿਸ ਨੂੰ ਵੀ ਪਤਾ ਵਾ, ਪਰ ਪੁਲਿਸ ਆਸਰਾ ਕਰਦੀ ਨੀਗੀ। ਰਾਤ ਦਿਨ ਅਸੀਂ ਬੱਚਿਆਂ ਨੂੰ ਬਾਹਰ ਕੱਲੀ ਜਾਂਦੇ, ਹੁਣ ਕਿਉਂ ਕਰਦੇ ਬੱਚਿਆਂ ਨੂੰ ਬਾਹਰ? ਇਹੋ ਹੀ ਆ ਸਾਰਾ ਕਾਰਨ, ਇਹ ਆ ਸਾਡੇ ਬੱਚਿਆਂ ਨੂੰ ਬਾਹਰ ਕੱਲਣ ਦਾ। ਬਾਕੀ ਫਾਜ਼ਿਲਕਾ ਸਰਕਾਰੀ ਹਸਪਤਾਲ 'ਚ ਮੇਰਾ ਆਪਦਾ ਮੋਟਰਸਾਈਕਲ ਚੁੱਕਿਆ ਗਿਆ ਜੀ। ਮੈਂ ਮਰੀਜ਼ ਦਾ ਪਤਾ ਲੈਣ ਗਿਆ, ਮੋਟਰਸਾਈਕਲ ਉਹ ਬੰਦਾ ਫੜਾ ਤਾ ਸੀ ਜੀ, ਦੋ ਪਟੇ ਕੰਨ ਤੇ ਮਾਰ ਕੇ ਉਹਨਾਂ ਬੰਦਾ ਛੱਡਤਾ ਜੀ ਉਸੇ ਵੇਲੇ, ਸਿਟੀ ਫਾਜ਼ਿਲਕਾ ਜੀ। ਹਾਂਜੀ, ਕੋਈ ਆਸਰਾ ਨਹੀਂ ਕਰਦੀ, ਪੁਲਿਸ ਨੂੰ ਸਾਰਾ ਪਤਾ ਜੀ। ਕੀ ਨਾਮ ਹੈ ਤੁਹਾਡਾ? ਕੁਲਵੀਰ ਸਿੰਘ ਪੱਲੂ ਜੀ। ਸਰ, ਸਾਡੇ ਪਿੰਡ ਮੰਮੂ ਖੇੜਾ ਥਾਣਾ ਖੂਹੀ ਖੇੜੇ ਦੇ ਵਿੱਚ ਪੈਂਦਾ ਹੈ। ਸਾਡੇ ਸ਼ੁਰੂਆਤ ਤੋਂ ਸਕੂਲ ਤੋਂ ਚੋਰੀ ਹੋਈ ਜੀ। ਸਾਡੇ ਬੱਚਿਆਂ ਦਾ ਦਾਲ ਆਟਾ ਚੱਕਿਆ ਗਿਆ, ਸਾਡੇ ਬੱਚਿਆਂ ਦੇ ਦਾਲ ਆਟੇ ਦੇ ਪਕਾਉਣ ਵਾਲਾ ਜਿਹੜਾ ਸਮਾਨ ਸੀ, ਸਿਲੰਡਰ ਕੜਾਹੀਆਂ ਤੱਕ, ਚੁੱਲ੍ਹੇ ਤੱਕ ਚੱਕੇ ਗਏ। ਸਾਡੇ ਬੱਚਿਆਂ ਦੇ ਜਿਹੜੇ ਟੁੱਲੂ ਪੰਪ ਲੱਗੇ ਸੀ ਮੋਟਰਾਂ, ਉਹ ਚੱਕੀਆਂ ਗਈਆਂ। ਇੱਥੋਂ ਤੱਕ ਸਕੂਲ ਦੀਆਂ ਗਰਿੱਲਾਂ ਲੱਥ ਗਈਆਂ, ਸਕੂਲ ਦੇ ਲੈਪਟਾਪ ਤੇ ਕੰਪਿਊਟਰ ਜਿਹੜੇ ਲਾਏ ਗਏ। ਅਸੀਂ ਬਾਰ ਬਾਰ ਜਿਹੜੇ ਹੈਗੇ ਆ, ਕੈਮਰੇ ਲੱਗੇ ਹੋਏ ਸੀ ਜੀ, ਕੈਮਰੇ ਵੀ ਹੈਲਮੈਟ ਲੱਗੇ ਹੋਏ ਸੀ ਤੇ ਉਹ ਤੋੜ ਗਏ। ਫੋਟੋ ਵੀ ਆਉਂਦੀ ਹੈ ਕੈਮਰਿਆਂ ਵਿੱਚ ਜੀ, ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਵੀ ਇਹਨੂੰ ਸੋਧ ਕਰਕੇ ਇਹਨੂੰ ਦੱਸੋ ਵੀ ਕਿਹੜੇ ਸਾਨੂੰ ਚੋਰ ਫੜ ਕੇ। ਬਾਰ ਬਾਰ ਅਸੀਂ ਪ੍ਰਸ਼ਾਸਨ ਖੂਹੀ ਖੇੜੇ ਜਾਂਦੇ ਰਹੇ ਜੀ। ਉਸ ਤੋਂ ਬਾਅਦ ਜਿਹੜਾ ਜਿਹੜੀ ਚੋਰੀ ਸ਼ੁਰੂ ਹੋਈ ਜੀ, ਮੱਝਾਂ ਘਰਾਂ ਵਿੱਚੋਂ ਖੁੱਲੀਆਂ ਜੀ, ਭੇਡਾਂ ਬੱਕਰੀਆਂ ਤੱਕ ਖੁੱਲ ਗਈਆਂ ਜੀ। ਫਿਰ ਆ ਗਏ ਇਹਨਾਂ ਨੇ ਇੰਜਨ, ਸਾਡੇ ਜਿਹੜੇ ਕਿਸਾਨਾਂ ਦੇ ਇੰਜਨ ਖੇਤਾਂ ਵਿੱਚ ਪਏ ਸੀ, ਇੰਜਨ ਚੋਰੀ ਹੋ ਗਏ ਜੀ। 8 ਇੰਜਨ ਸਾਡੇ ਪਿੰਡ ਦੇ ਚੋਰੀ ਹੋਏ ਜੀ, ਪਟੇ ਲੱਥ ਗਏ, ਡਰਾਈਵਰੀਆਂ ਲੱਥ ਗਈਆਂ ਜੀ। ਇੱਥੋਂ ਤੱਕ ਕਿਸਾਨ ਸਪਰੇਅ ਕਰ ਰਿਹਾ, ਉਸ ਦਾ ਸਟੈਂਡ ਜਿਹੜਾ ਹੈ ਪਿੱਛੇ ਮੋਟਰ ਰੱਖਣ ਵਾਲਾ, ਉਹ ਸਟੈਂਡ ਖੋਹ ਕੇ ਲੈ ਗਿਆ ਜਾਂਦੇ ਜੀ। ਹੁਣ ਇੱਥੋਂ ਤੱਕ ਕੀ ਜੀ, ਸਾਡੇ ਜਿਹੜੇ ਟਰਾਂਸਫਾਰਮਰ ਵਿੱਚ ਤੇਲ ਹੁੰਦਾ, 26 ਵਾਰ ਤੇਲ ਚੋਰੀ ਹੋਇਆ ਸਾਡੇ ਪਿੰਡ ਦੇ ਵਿੱਚੋਂ। 26 ਵਾਰ ਬਾਰ ਬਾਰ ਟਰਾਂਸਫਾਰਮਰ ਦੇ ਵਿੱਚ ਤੇਲ ਚੋਰੀ ਹੋਇਆ। ਸਾਡੇ ਨਜ਼ਦੀਕ 10 ਕਿੱਲਿਆਂ 'ਤੇ ਇੱਕ ਕਿਸਾਨ ਜਿਹੜਾ ਸਾਡੇ ਵਜੀਦਪੁਰੇ ਨੇ ਇੱਥੇ ਖੇਤੀ ਕਰ ਛੱਡੀ ਹੈ, ਉਹ ਆਪਣੇ ਖੇਤ ਗੇੜਾ ਮਾਰਨ ਆਉਂਦਾ, ਉਸ ਕੋਲੋਂ ਚੋਰ ਜਿਹੜੇ ਨੇ ਉਸ ਨੂੰ ਕਾਪਾ ਧੌਣ ਤੇ ਰੱਖ ਕੇ ਮੋਬਾਈਲ ਖੋਹ ਲਿਆ ਜਾਂਦਾ, ਮੋਟਰਸਾਈਕਲ ਖੋਹ ਲਿਆ ਜਾਂਦਾ, 800 ਰੁਪਇਆ ਉਸਦੀ ਜੇਬ ਵਿੱਚ ਹੁੰਦਾ, ਉਸ ਨੂੰ ਕੱਢ ਦਿੱਤਾ ਜਾਂਦਾ ਤੇ ਕੁੱਟ ਮਾਰ ਕੇ ਕਿਹਾ ਜਾਂਦਾ ਜੇ 1000 ਰੁਪਇਆ ਹੁੰਦਾ ਤਾਂ ਤੈਨੂੰ ਕੁੱਟਣਾ ਨਹੀਂ ਸੀ ਜੀ। ਉਸ ਤੋਂ ਬਾਅਦ ਸਾਡੇ ਇਸ ਬੰਦਾ ਗਰੀਬ ਹੈ ਜੀ, ਦਿਹਾੜੀ ਮਜ਼ਦੂਰੀ ਕਰਦੇ ਨੇ, ਇਹਦੇ ਘਰੋਂ ਸਿਲੰਡਰ ਖੋਹ ਕੇ ਚੋਰੀ ਕਰਕੇ ਲੈ ਗਏ। ਇਹ ਬਾਰ ਬਾਰ ਪੁਲਿਸ ਥਾਣਾ ਖੂਹੀ ਖੇੜੇ ਜਾਂਦਾ ਰਿਹਾ, ਅੱਜ ਤੱਕ ਇਸ ਦੀ FIR ਦਰਜ ਨਹੀਂ ਹੋਈ। ਸਾਡੇ ਮਹਿਲ ਸਿੰਘ ਢਾਣੀ ਤੇ ਉਸ ਦਾ 3 ਤੋਲੇ ਸੋਨਾ, ਉਸ ਦੇ ਨਗਦੀ ਸਾਨੂੰ ਲਾ ਕੇ ਲੈ ਗਏ, ਉਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ। ਸਾਡੇ ਜਿਹੜੇ ਇੰਜਣਾਂ ਦੇ ਚੋਰਾਂ ਦੀ ਉਹ ਕੋਈ ਕਾਰਵਾਈ ਨਹੀਂ ਹੋਈ। ਅੱਜ ਕੀ ਸਥਿਤੀ ਹੈ, 26 ਵਾਰ ਤੇਲ ਚੋਰੀ ਹੋਇਆ ਤੇ ਟਰਾਂਸਫਾਰਮਰ ਦਾ ਜਿਹੜਾ ਨੁਕਸਾਨ ਬਹੁਤ ਹੋਇਆ, ਤਾਰਾਂ ਲੱਥ ਗਈਆਂ। ਅਸੀਂ ਬਾਰ ਬਾਰ ਜਾਂਦੇ ਹਾਂ, ਇਹਨਾਂ ਨੇ ਸਾਨੂੰ 2022 ਦੇ ਵਿੱਚ ਕੋਈ ਮੁਕੱਦਮਾ ਦਰਜ ਕੀਤਾ ਸੀ, ਉਸ ਦੇ ਵਿੱਚ ਸਾਨੂੰ ਦੱਸੇ ਨੇ ਵੀ 26 ਵਾਰ ਸਾਡੇ ਕਿੱਥੇ FIR ਦਰਜ ਹੈ ਸਾਨੂੰ ਇਹ ਵਿਖਾਉਣ। ਹੁਣ ਕੀ ਹੋਇਆ, ਪਹਿਲਾਂ ਸਾਡੇ 12 ਮੋਟਰਾਂ ਪਹਿਲਾਂ ਲੱਥੀਆਂ, 2-3 ਮੋਟਰਾਂ ਜਿਹੜੀਆਂ ਨੇ ਦੂਜੀ ਸੋਲਰ ਵਾਲੀਆਂ ਲੱਥੀਆਂ ਨੇ, ਅੱਜ ਜਿਹੜੀ ਰਾਤ ਇੱਕ ਰਾਤ ਵਿੱਚ 4 ਮੋਟਰਾਂ ਲੱਥ ਜਾਂਦੀਆਂ ਨੇ, ਇੱਕੋ ਰੋਡ ਤੋਂ ਇੱਕੋ ਜ਼ਿਮੀਂਦਾਰ ਦੇ 3-3 ਵਾਰੀ ਲੱਥੀਆਂ ਮੋਟਰਾਂ ਜੀ, ਰਾਤ ਜਿਹੜੀਆਂ ਨੇ 4 ਮੋਟਰਾਂ ਲੱਥੀਆਂ ਨੇ। ਕੀ ਕਾਰਨ ਹੈ, ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ? ਪੁਲਿਸ ਦਾ ਖੋਫ ਨਹੀਂ ਹੈਗਾ, ਸਾਡੇ ਇੱਥੇ ਇੱਕ ਗਰੀਬ ਬੱਚੇ ਨੇ ਆਂਢੀ ਗੁਆਂਢੀਆਂ ਨੇ ਜੋੜ ਕੇ ਉਸ ਨੂੰ ਮੋਬਾਈਲਾਂ ਦੀ ਰੁਜ਼ਗਾਰ ਬੜਾ ਹੋਣਹਾਰ ਬੱਚਾ ਸੀ, ਕਰਾਈ 2 ਵਾਰ ਉਸ ਦੀ ਵਿਚਾਰੇ ਦੀ ਸਾਰੀ ਦੁਕਾਨ ਟੈਸ ਨਾਸ ਕਰਕੇ ਸਾਰਾ ਕੁਝ ਲੁੱਟ ਕੇ ਲੈ ਗਏ।